ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਫ੍ਰੈਂਚ ਫਰਾਈਜ਼ ਬਣਾ ਕੇ ਦਿਖਾਵਾਂਗੇ। ਕਾਫੀ ਰਿਕੁਐਸਟ ਸੀ ਤੁਹਾਡੀ ਕਿ ਫ੍ਰੈਂਚ ਫਰਾਈਜ਼ ਦੀ ਜਿਹੜੀ ਵੀਡੀਓ ਤੁਸੀਂ ਅਪਲੋਡ ਕਰੋ। ਇਹਦੇ ਵਾਸਤੇ ਆਪਾਂ ਜਿਹੜੇ ਆਲੂ ਲਏ ਆ, ਆਲੂ ਜਿਹੜੇ ਆ ਇਸ ਤਰੀਕੇ ਨਾਲ ਬਸ ਸਖਤ ਹੋਣੇ ਚਾਹੀਦੇ ਆ, ਤੇ ਇਹਨਾਂ ਆਲੂਆਂ ਨੂੰ ਆਪਾਂ ਛਿੱਲ ਕੇ ਤਿਆਰ ਕਰਨਾ ਆ। ਆਲੂ ਜਿਹੜੇ ਸਾਡੇ ਛਿੱਲ ਕੇ ਤਿਆਰ ਆ, ਹੁਣ ਆਪਾਂ ਇਹਨੂੰ ਕੱਟ ਕੇ ਤਿਆਰ ਕਰਾਂਗੇ। ਇਹਦੀਆਂ ਜਿਹੜੀਆਂ ਇਹਦਾ ਸਾਈਡਾਂ ਆ, ਇਹਨਾਂ ਨੂੰ ਪਹਿਲਾਂ ਆਪਾਂ ਕੱਟ ਲੈਣਾ ਹੈ। ਆਹ ਚੀਜ਼ ਜਿਹੜੀ ਆ ਉੱਪਰਲੀ ਆਪਾਂ ਇਹ ਵੀ ਇੱਦਾਂ ਕੱਟ ਲੈਣੀ, ਅਤੇ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਪੀਸ ਕੱਟ ਲੈਣੇ ਆ। ਜਿਹੜੇ ਆਲੂ ਆਪਣੇ ਕੱਟ ਕੇ ਤਿਆਰ ਹੋ ਗਏ ਆ, ਆਪਾਂ ਇਹਦਾ ਦੋ ਡੋਂਗਿਆਂ ਦੇ ਵਿੱਚ ਬਿਲਕੁਲ ਠੰਡਾ ਪਾਣੀ ਲੈ ਲੈਣਾ ਆ, ਤੇ ਜਿਹੜੇ ਆਲੂ ਆ ਆਪਾਂ ਠੰਡੇ ਪਾਣੀ ਚ ਪਾ ਦੇਣੇ ਆ। ਤੇ ਇਹਨਾਂ ਨੂੰ 2 ਮਿੰਟ ਪਹਿਲਾਂ ਆਪਾਂ ਇਹਦੇ ਵਿੱਚ ਠੰਡੇ ਪਾਣੀ ਚ ਪਏ ਰਹਿਣ ਦੇਣਾ ਆ। ਫਿਰ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਇੱਦਾਂ ਧੋ ਕੇ ਫਿਰ ਆਪਾਂ ਇਹਨੂੰ ਦੂਸਰੇ ਪਾਣੀ ਦੇ ਵਿੱਚ ਬਦਲਾਂਗੇ, ਕਿਉਂਕਿ ਦੇਖੋ ਜਦੋਂ ਆਪਾਂ ਪਾਣੀ ਦੇ ਵਿੱਚ ਪਾਉਂਦੇ ਹਾਂ ਤੇ ਪਾਣੀ ਦੇਖੋ ਕਿੱਦਾਂ ਵਿਛੜਾ ਜਾ, ਇਹਦਾ ਰੰਗ ਬਦਲ ਜਾਂਦਾ ਪਾਣੀ ਦਾ, ਆਲੂਆਂ ਦੇ ਵਿੱਚ ਜਿੱਦਾਂ ਚਿੱਟਾ ਚਿੱਟਾ ਜਿਹੜਾ ਪਾਣੀ ਨਿਕਲਦਾ, ਉਹ ਜਿਹੜਾ ਆ ਪਾਣੀ ਆਪਾਂ ਬਿਲਕੁਲ ਸਾਫ਼ ਕਰਨਾ ਆ। ਜਦੋਂ ਬਿਲਕੁਲ ਪਾਣੀ ਸਾਫ਼ ਹੋ ਜਾਵੇ ਫਿਰ ਆਪਾਂ ਇਹਨੂੰ ਠੰਡੇ ਪਾਣੀ ਦੇ ਵਿੱਚ ਪਾ ਕੇ ਇਹਨੂੰ 20 ਮਿੰਟ ਵਾਸਤੇ ਇੱਦਾਂ ਪਏ ਰਹਿਣ ਦੇਵਾਂਗੇ। 5 ਮਿੰਟ ਹੋ ਗਏ ਆ, ਆਲੂ ਜਿਹੜੇ ਕੱਢ ਕੇ ਆਪਾਂ ਫਿਰ ਠੰਡੇ ਪਾਣੀ 'ਚ ਪਾ ਦੇਣੇ ਆ। ਫਿਰ ਆਪਾਂ ਆਲੂਆਂ ਨੂੰ ਇੱਦਾਂ ਚੰਗੀ ਤਰ੍ਹਾਂ ਆਪਾਂ ਮਲ ਕੇ ਧੋ ਲੈਣਾ ਆ, ਅਤੇ ਧੋ ਕੇ ਫਿਰ ਆਪਾਂ ਬਿਲਕੁਲ ਠੰਡੇ ਪਾਣੀ ਦੇ ਵਿੱਚ ਪਾ ਕੇ ਇਹਨਾਂ ਨੂੰ 20 ਮਿੰਟ ਵਾਸਤੇ ਆਪਾਂ ਇਸੇ ਤਰੀਕੇ ਦੇ ਨਾਲ ਪਏ ਰਹਿਣ ਦੇਣਾ ਆ। ਵੀਹ ਮਿੰਟ ਹੋ ਗਏ ਆ, ਹੁਣ ਆਪਾਂ ਇਹਨਾਂ ਨੂੰ ਠੰਡੇ ਪਾਣੀ ਚੋਂ ਕੱਢ ਲੈਣਾ, ਤੇ ਤੁਸੀਂ ਇੱਕ ਚੀਜ਼ ਦੇਖੋ ਕਿ ਜਿਹੜਾ ਇਹਦਾ ਆਲੂਆਂ ਦਾ ਜਿਹੜਾ ਪਾਣੀ ਆ ਉਹ ਬਿਲਕੁਲ ਸਾਫ਼ ਆ, ਤੇ ਇਸ ਤਰੀਕੇ ਦਾ ਜਿਹੜਾ ਸਾਫ਼ ਪਾਣੀ ਆ ਆਪਾਂ ਨੂੰ ਚਾਹੀਦਾ ਆ। ਹੁਣ ਆਪਾਂ ਤੁਸੀਂ ਕੋਈ ਵੀ ਇੱਦਾਂ ਜਾਂ ਤਾਂ ਤੌਲੀਆ ਲੈ ਲੈਣਾ ਆ, ਤੇ ਜਾਂ ਇੱਦਾਂ ਪੋਣਾ ਲੈ ਕੇ ਇਹ ਜਿਹੜੇ ਆਲੂ ਆ ਆਪਾਂ ਸਾਰੇ ਇਹਦੇ ਪਾਣੀ ਦੇ ਵਿੱਚੋਂ ਇੱਦਾਂ ਨਿਚੋੜ ਕੇ ਕੱਢ ਲੈਣੇ ਆ, ਤੇ ਇਹਨਾਂ ਨੂੰ ਆਪਾਂ ਇਹਦੇ ਉੱਤੇ ਪਾ ਕੇ ਸਾਫ਼ ਕਰ ਲੈਣਾ ਆ। ਪਾਣੀ ਜਿਹੜਾ ਇਹਨਾਂ ਦੇ ਉੱਤੇ ਬਿਲਕੁਲ ਨਹੀਂ ਲੱਗਿਆ ਹੋਣਾ ਚਾਹੀਦਾ, ਚਾਹੇ ਤਾਂ ਪੱਖੇ ਦੇ ਥੱਲੇ ਤੁਸੀਂ ਇਹਨੂੰ ਰੱਖ ਕੇ ਸੁਕਾ ਲਓ, ਤੇ ਜਾਂ ਇੱਕ ਤਰੋ ਦੇ ਪੋਣਾ ਲੈ ਕੇ ਇਹਨੂੰ ਚੰਗੀ ਤਰ੍ਹਾਂ ਜਿਹੜੇ ਆਲੂਆਂ ਨੂੰ ਸਾਫ਼ ਕਰ ਲੈਣਾ ਆ। ਹੁਣ ਆਪਾਂ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਕੱਪੜੇ ਨਾਲ ਸਾਫ਼ ਕਰ ਲੈਣਾ ਆ, ਤੇ ਸਾਫ਼ ਕਰਕੇ 15 ਕੁ ਮਿੰਟ ਲਈ ਆਪਾਂ ਇਹਨੂੰ ਪੱਖੇ ਥੱਲੇ ਰੱਖਾਂਗੇ, ਤਾਂ ਕਿ ਇਹ ਜਿਹੜੇ ਆ ਪਾਣੀ ਜਿਹੜਾ ਇਹਨਾਂ ਤੋਂ ਸੁੱਕ ਜਾਵੇ। ਦੇਖੋ ਕੱਪੜੇ ਨਾਲ ਸਾਫ਼ ਕਰਨ ਦੇ ਨਾਲ ਪਾਣੀ ਜਿਹੜਾ ਇਹਨਾਂ ਦਾ ਬਿਲਕੁਲ ਸਾਫ਼ ਹੋ ਗਿਆ ਆ, ਤੇ ਜੇ ਇਹਦਾ ਸਾਫ਼ ਹੋ ਜਾਵੇ ਫਿਰ ਆਪਾਂ ਨੂੰ ਪੱਖੇ ਥੱਲੇ ਰੱਖਣ ਦੀ ਲੋੜ ਨਹੀਂ ਆ। ਤੇ ਜਦੋਂ ਆਪਾਂ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਆਪਾਂ ਇਹਨਾਂ ਨੂੰ ਉਬਾਲਣਾ ਆ, ਉਸ ਟਾਈਮ ਜਦੋਂ ਆਪਾਂ ਇਹਨਾਂ ਨੂੰ ਪੱਖੇ ਥੱਲੇ ਰੱਖਾਂਗੇ, ਤੇ ਹੁਣ ਆਪਾਂ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਪਾਉਣਾ ਆ। ਇੱਕ ਪਤੀਲੇ ਦੇ ਵਿੱਚ ਆਪਾਂ ਪਾਣੀ ਗਰਮ ਕੀਤਾ ਆ, ਪਾਣੀ ਇੰਨਾ ਕੁ ਗਰਮ ਹੋਣਾ ਚਾਹੀਦਾ ਕਿ ਆਪਾਂ ਇਹਦਾ ਹੱਥ ਪਾ ਕੇ ਚੈੱਕ ਕਰ ਸਕੀਏ, ਇਸ ਤੋਂ ਜ਼ਿਆਦਾ ਜਿਹੜਾ ਗਰਮ ਪਾਣੀ ਨਹੀਂ ਕਰਨਾ। ਹੁਣ ਆਪਾਂ ਇਹ ਗਰਮ ਪਾਣੀ ਦੇ ਵਿੱਚ ਜਿਹੜੇ ਆਲੂ ਆ ਪਾ ਦੇਣੇ ਆ, ਤੇ ਇਹਨਾਂ ਨੂੰ ਆਪਾਂ ਘੜੀ ਤੋਂ ਟਾਈਮ ਦੇ ਕੇ 4 ਜਾਂ 5 ਮਿੰਟ ਤੱਕ ਉਬਾਲਣਾ ਆ। 2 ਕੁ ਮਿੰਟ ਬਾਅਦ ਇੱਦਾਂ ਚਮਚੇ ਦੇ ਨਾਲ ਇਹਨੂੰ ਇੱਦਾਂ ਹਿਲਾ ਦੇਣਾ ਆ, ਤਾਂ ਕਿ ਇਹ ਨਾ ਹੋਵੇ ਕਿ ਥੱਲਿਓਂ ਇਹ ਜ਼ਿਆਦਾ ਪੱਕ ਜਾਣ ਤੇ ਉੱਪਰੋਂ ਕੱਚੇ ਰਹਿ ਜਾਣ। 4 ਤੋਂ 5 ਮਿੰਟ ਹੋ ਗਏ ਆ, ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਉਬਾਲ ਲਿਆ ਆ। ਹੁਣ ਆਪਾਂ ਇਹਨਾਂ ਨੂੰ ਕੱਢ ਇੱਥੋਂ ਫ੍ਰੈਂਚ ਫਰਾਈ ਨੂੰ ਜਿਹੜਾ ਆਪਾਂ ਕੱਢ ਕੇ
ਤੇ ਛਾਨਣੀ ਦੇ ਵਿੱਚ ਪਾ ਲੈਣਾ ਆ ਤਾਂ ਕਿ ਜਿੰਨਾ ਵੀ ਇਹਦੇ ਵਿੱਚ ਪਾਣੀ ਹੋਊਗਾ ਉਹ ਸਾਰਾ ਜਿਹੜਾ ਆ ਡੋਂਗੇ ਚ ਚੱਲ ਜੂਗਾ। ਇੱਕ ਮਿੰਟ ਤੱਕ ਆਪਾਂ ਵਿੱਚ ਹੀ ਪਾਏ ਰਹਿਣ ਦਾਂਗੇ ਤਾਂ ਕਿ ਪਾਣੀ ਜਿਹੜਾ ਚੰਗੀ ਤਰ੍ਹਾਂ ਇਹਦੇ ਵਿੱਚ ਨਿਚੜ ਜਾਵੇ, ਫਿਰ ਆਪਾਂ ਇਹਨਾਂ ਨੂੰ ਇੱਕ ਕੱਪੜੇ ਦੇ ਉੱਤੇ ਖਿਲਾਰਨਾ। ਹੁਣ ਆਪਾਂ ਇਹਨਾਂ ਨੂੰ ਏਦਾਂ ਇੱਕ ਕੱਪੜੇ ਦੇ ਉੱਤੇ ਏਦਾਂ ਖਿਲਾਰ ਲੈਣਾ ਆ ਤੇ ਖਿਲਾਰ ਕੇ ਆਪਾਂ ਏਦਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਨਾ ਹੈ ਕੱਪੜੇ ਦੇ ਨਾਲ। ਪਾਣੀ ਜਿਹੜਾ ਆਪਾਂ ਇਹਦਾ ਚੰਗੀ ਤਰ੍ਹਾਂ ਸੁਕਾ ਕੇ ਇਹਨੂੰ ਆਪਾਂ ਠੰਡਾ ਕਰ ਲੈਣਾ ਆ ਪੱਖੇ ਥੱਲੇ 5 ਮਿੰਟ ਰੱਖ ਕੇ। ਦੇਖੋ ਇਹਦੇ ਉੱਤੇ ਬਿਲਕੁਲ ਵੀ ਜਿੱਦਾਂ ਪਾਣੀ ਨਹੀਂ ਹੈਗਾ, ਬਿਲਕੁਲ ਇਸ ਤਰੀਕੇ ਦੇ ਨਾਲ ਜਿਹੜਾ ਇਹਦਾ ਪਾਣੀ ਸੁੱਕ ਜਾਣਾ ਚਾਹੀਦਾ ਆ। ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਢ ਲੈਣਾ ਆ ਤੇ ਪਲੇਟ 'ਚ ਕੱਢ ਕੇ ਆਪਾਂ ਇਹਨੂੰ ਫਰੀਜ਼ਰ 'ਚ ਰੱਖਣਾ ਆ 1 ਘੰਟੇ ਵਾਸਤੇ ਤੇ ਇਹਨੂੰ ਆਪਾਂ ਬਿਲਕੁਲ ਠੰਡਾ ਕਰਨਾ ਆ 1-1.5 ਘੰਟੇ ਵਾਸਤੇ। ਜਿੰਨਾ ਜ਼ਿਆਦਾ ਟਾਈਮ ਰੱਖ ਸਕੋ ਓਨਾ ਜ਼ਿਆਦਾ ਵਧੀਆ। ਜਿੰਨੇ ਜ਼ਿਆਦਾ ਇਹ ਠੰਡੇ ਹੋਊਗੇ ਬਿਲਕੁਲ ਜੰਮ ਜੂਗੇ ਬਰਫ਼ ਵਾਂਗੂ, ਓਨੇ ਜ਼ਿਆਦਾ ਆਪਣੇ ਜਿਹੜੇ ਆ ਫਰੈਂਚ ਫਰਾਈ ਜਿਹੜੇ ਆ ਕ੍ਰਿਸਪੀ ਬਣ ਕੇ ਤਿਆਰ ਹੋਊਗੇ। ਡੇਢ ਘੰਟੇ ਬਾਅਦ ਆਪਾਂ ਇਹਨਾਂ ਨੂੰ ਫਰੀਜ਼ਰ ਚੋਂ ਕੱਢਿਆ ਆ ਤੇ ਬਿਲਕੁਲ ਠੰਡੇ ਹੋ ਗਏ ਆ। ਤੇ ਜਿੱਦਾਂ ਮੈਂ ਹੁਣ ਇਹਨੂੰ 1.5 ਘੰਟਾ ਰੱਖਿਆ ਹੈ ਤੇ ਤੁਸੀਂ ਜ਼ਿਆਦਾ ਟਾਈਮ ਵੀ ਜੇ ਇਹਨਾਂ ਨੂੰ ਰੱਖ ਸਕੋ ਤਾਂ ਤੁਸੀਂ ਇਹਨਾਂ ਨੂੰ ਜ਼ਿਆਦਾ ਟਾਈਮ ਵੀ ਰੱਖ ਸਕਦੇ ਹੋ। ਜਿੰਨੇ ਜ਼ਿਆਦਾ ਆਪਾਂ ਇਹਨਾਂ ਨੂੰ ਟਾਈਮ ਲਈ ਫਰੀਜ਼ਰ ਦੇ ਵਿੱਚ ਰੱਖਾਂਗੇ ਓਨੇ ਜ਼ਿਆਦਾ ਇਹ ਜਿਹੜੇ ਆ ਕੁਰਕਰੇ ਬਣ ਕੇ ਤਿਆਰ ਹੋਊਗੇ। ਹੁਣ ਆਪਾਂ ਇਹਨਾਂ ਨੂੰ ਤਲ ਕੇ ਤਿਆਰ ਕਰਾਂਗੇ। ਤੇਲ ਜਿਹੜਾ ਸਾਡਾ ਗਰਮ ਹੋ ਗਿਆ, ਆਪਾਂ ਇਹਨੂੰ ਆਲੂਆਂ ਨੂੰ ਇਹਦੇ ਵਿੱਚ ਪਾ ਦੇਣਾ ਹੈ। ਜਦੋਂ ਇਹਨੂੰ ਆਪਾਂ 2 ਵਾਰੀ ਫਰਾਈ ਕਰਨਾ ਆ, ਪਹਿਲੀ ਵਾਰੀ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਤੇਲ ਜਿਹੜਾ ਆ ਆਪਾਂ ਗਰਮ ਨਹੀਂ ਕਰਨਾ ਤੇ ਦੂਸਰੀ ਵਾਰੀ ਆਪਾਂ ਜਦੋਂ ਇਹਨੂੰ ਕਰਾਂਗੇ ਫਿਰ ਆਪਾਂ ਬਿਲਕੁਲ ਤੇਜ਼ ਜਿਹੜਾ ਜ਼ਿਆਦਾ ਗਰਮ ਕਰਾਂਗੇ ਤੇ ਆਪਾਂ ਇਹਨਾਂ ਨੂੰ ਸਿਕਣ ਦੇਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਅੱਗ ਜਿਹੜੀ ਆ ਆਪਾਂ ਮੀਡੀਅਮ ਰੱਖਣੀ ਆ। ਫਰੈਂਚ ਫਰਾਈ ਜਿਹੜੇ ਆ ਸਾਡੇ ਸੇਕ ਕੇ ਤਿਆਰ ਆ, ਇਹਨਾਂ ਨੂੰ ਆਪਾਂ ਪਲੇਟ 'ਚ ਕੱਟ ਲੈਣਾ ਹੈ। ਫਰੈਂਚ ਫਰਾਈ ਜਿਹੜੇ ਆ ਸਾਡੇ 1 ਵਾਰੀ ਤਲ ਕੇ ਤਿਆਰ ਨੇ, ਹੁਣ ਆਪਾਂ ਇਹਨਾਂ ਨੂੰ ਦੁਬਾਰੇ ਫੇਰ ਤਲਣਾ ਆ। ਫਰੈਂਚ ਫਰਾਈ ਨੂੰ ਆਪਾਂ ਏਦਾਂ ਖਿਲਾਰ ਲੈਣਾ ਆ, ਖਿਲਾਰ ਕੇ ਇਹਨੂੰ ਆਪਾਂ ਪੱਖੇ ਦੇ ਥੱਲੇ ਰੱਖ ਕੇ 10-15 ਮਿੰਟ ਲਈ ਆਪਾਂ ਇਹਨੂੰ ਠੰਡੇ ਕਰਕੇ ਫਿਰ ਆਪਾਂ ਇਹਨੂੰ ਦੁਬਾਰੇ ਤਲਣਾ ਆ। 15 ਮਿੰਟ ਲਈ ਆਪਾਂ ਇਹਨੂੰ ਪੱਖੇ ਥੱਲੇ ਰੱਖ ਕੇ ਠੰਡਾ ਕਰ ਲਿਆ ਆ, ਹੁਣ ਆਪਾਂ ਇਹਨੂੰ ਦੁਬਾਰੇ ਤਲਣਾ ਆ। ਤੇਲ ਜਿਹੜਾ ਆ ਦੂਜੀ ਵਾਰੀ ਚੰਗਾ ਗਰਮ ਕਰਨਾ ਆ, ਬਿਲਕੁਲ ਏਦਾਂ ਧੂੰਆਂ ਨਿਕਲਣਾ ਚਾਹੀਦਾ ਤੇਲ ਦੇ ਵਿੱਚੋਂ। ਹੁਣ ਆਪਾਂ ਇਹਦੇ ਵਿੱਚ ਜਿਹੜੇ ਫਰੈਂਚ ਫਰਾਈ ਪਾ ਦੇਣੇ ਆ ਤੇ ਗੋਲਡਨ ਬਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਤਲ ਲੈਣਾ ਹੈ। ਥੋੜੀ ਜਿਹੀ ਆਪਾਂ ਹਲੇ ਇਹਨਾਂ ਨੂੰ ਹੋਰ ਫਰਾਈ ਕਰਾਂਗੇ। ਫਰੈਂਚ ਫਰਾਈ ਜਿਹੜੇ ਆ ਸਾਡੇ ਸੇਕ ਕੇ ਤਿਆਰ ਨੇ, ਇਹਨਾਂ ਨੂੰ ਆਪਾਂ ਪਲੇਟ 'ਚ ਕੱਢ ਲੈਣਾ ਹੈ। ਇੱਕ ਵਾਰੀ ਇਹਦੇ ਵਿੱਚੋਂ ਹਿਲਾ ਦੇਣਾ ਇਹਨੂੰ, ਇਕੱਲੇ ਇਕੱਲੇ ਪੀਸ ਇਹਦੇ ਜਿਹੜੇ ਪੀਸ ਉਹ ਕਰਨੇ ਆ। ਫਰੈਂਚ ਫਰਾਈ ਜਿਹੜੇ ਆ ਸਾਡੇ ਤਲ ਕੇ ਤਿਆਰ ਨੇ, ਇਹਨਾਂ ਨੂੰ ਵੀ ਆਪਾਂ ਪਲੇਟ 'ਚ ਕੱਢ ਲੈਣਾ ਹੈ। ਹੁਣ ਆਪਾਂ ਇਹਦੇ ਉੱਤੇ ਥੋੜਾ ਜਿਹਾ ਇਹਦਾ ਚਾਟ ਮਸਾਲਾ ਪਾਉਣਾ ਹੈ ਤੇ ਨਮਕ ਪਾ ਦੇਣਾ। ਬਿਲਕੁਲ ਕ੍ਰਿਸਪੀ ਜਿਹੜੇ ਆਪਣੇ ਫਰੈਂਚ ਫਰਾਈ ਬਣ ਕੇ ਤਿਆਰ ਹੋਏ ਨੇ ਤੇ ਜਦੋਂ ਤੁਸੀਂ ਇਹਨਾਂ ਨੂੰ ਉਬਾਲਣਾ ਆ ਉਸ ਟਾਈਮ ਵੀ ਜੇ ਨਮਕ ਪਾਉਣਾ ਚਾਹੋ, ਜੇ ਤੇਜ਼ ਨਮਕ ਖਾਣਾ ਪਸੰਦ ਕਰਦੇ ਹੋ ਤਾਂ ਉਦੋਂ ਵੀ ਤੁਸੀਂ ਜਿਹੜਾ ਆ 1-1.5 ਚਮਚਾ ਇਹਦੇ ਵਿੱਚ ਨਮਕ ਪਾ ਸਕਦੇ ਹੋ। ਬਹੁਤ ਹੀ ਵਧੀਆ ਜਿਹੜੇ ਫਰੈਂਚ ਫਰਾਈ ਦੇਖੋ ਸਾਡੇ ਬਣ ਕੇ ਤਿਆਰ ਹੋਏ ਨੇ, ਅੰਦਰੋਂ ਵੀ ਚੰਗੇ ਤਰੀਕੇ ਦੇ ਨਾਲ ਪੱਕੇ ਆ, ਬਿਲਕੁਲ ਅੰਦਰੋਂ ਨਰਮ ਨੇ, ਦੇਖੋ ਉਪਰੋਂ ਵੀ ਐਨ ਕ੍ਰਿਸਪੀ ਬਣੇ ਨੇ। ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਬਣਾਉਣਾ ਤੇ ਖਾਣਾ ਹੈ। ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਆ ਕਰੋ ਹਰ ਇੱਕ ਵੀਡੀਓ ਨੂੰ ਫੈਮਿਲੀ ਔਰ ਫਰੈਂਡਸ ਦੇ ਨਾਲ।
ਜੇ ਚੈਨਲ ਤੇ ਪਹਿਲੀ ਵਾਰੀ ਆ ਕੇ ਤੁਸੀਂ ਸਾਡੀ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਇਓ। ਉਹਦੇ ਨਾਲ ਕੀ ਹੋਊਗਾ, ਅਸੀਂ ਜਿਹੜੀ ਵੀ ਕੋਈ ਨਵੀਂ ਵੀਡੀਓ ਪਾਵਾਂਗੇ ਉਹ ਤੁਹਾਡੇ ਤੱਕ ਆਰਾਮ ਨਾਲ ਪਹੁੰਚਿਆ ਕਰੂਗੀ। ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ, ਤੇ ਜੇ ਕੋਈ ਤੁਸੀਂ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਮੈਂਟ ਰਾਹੀਂ ਮੈਨੂੰ ਦੱਸ ਸਕਦੇ ਹੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।